ਸਕੈਂਡਰੀ ਮੈਮਰੀ ਸਕੈਂਡਰੀ ਮੈਮਰੀ ਦੇ ਮੇਨ ਕੰਮ ਕੀ ਹੈਗਾ, ਜਿਵੇਂ ਕਿ ਅਸੀਂ ਪਿਛਲੀਆਂ ਸਲਾਈਡ ਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਪਰਮਾਨੈਂਟ ਡਾਟਾ ਸਟੋਰ ਕਰਕੇ ਰੱਖ ਸਕਦੇ ਹਾਂ ਤਾਂ ਜੋ ਅਸੀਂ ਉਹਨੂੰ ਫਿਊਚਰ 'ਚ ਵੀ ਯੂਜ਼ ਕਰ ਸਕੀਏ। ਜਿਵੇਂ ਕਿ ਫਸਟ ਪੁਆਇੰਟ ਲਿਖਿਆ ਫਲੋਪੀ ਡਿਸਕ। ਫਲੋਪੀ ਡਿਸਕ ਕੀ ਹੈ? ਫਸਟ ਪੁਆਇੰਟ ਇਜ਼ ਸਟੋਰ ਸਮਾਲ ਅਮਾਊਂਟ ਆਫ ਡੇਟਾ, ਮਤਲਬ ਇਹਦੇ ਅੰਦਰ ਬਹੁਤ ਥੋੜ੍ਹਾ ਜਿਹਾ ਹੀ ਡਾਟਾ ਜਿਹੜਾ ਸਟੋਰ ਕਰਦੇ, ਬਹੁਤ ਪਾਸ ਟਾਈਮ 'ਚ ਯੂਜ਼ ਕਰਦੀ, ਬਹੁਤ ਪੁਰਾਣਾ ਇਹਨੂੰ ਯੂਜ਼ ਕੀਤਾ ਜਾਂਦਾ ਸੀ, ਅੱਜ ਕੱਲ੍ਹ ਮਤਲਬ ਕਿ ਇਹਨੂੰ ਘੱਟ ਯੂਜ਼ ਕੀਤਾ ਜਾਂਦਾ ਕਹਿ ਸਕਦੇ ਆਪਾਂ। ਜਿਵੇਂ ਸਪੋਜ਼ ਅਸੀਂ ਬਿਜ਼ਨਸ ਦੇ ਥਰੂ ਕੋਈ ਵੀ ਮੀਟਿੰਗ ਨੂੰ ਡੀਲ ਕਰ ਰਹੇ ਹਾਂ, ਕੋਈ ਆਪਣਾ ਮਤਲਬ ਸਿਕਿਓਰ ਡਾਟਾ ਉਹ ਕਿਸੇ ਵੀ ਬਿਜ਼ਨਸਮੈਨ ਨੂੰ ਦੇਣਾ, ਅਤੇ ਉਹਦੇ ਵਾਸਤੇ ਅਸੀਂ ਫਲੋਪੀ ਡਿਸਕ ਨੂੰ ਯੂਜ਼ ਕਰਾਂਗੇ, ਅਤੇ ਉਸ ਜਿਹੜਾ ਸਿਕਿਓਰ ਡੇਟਾ ਵਾ ਉਹਨੂੰ ਪਰਮਾਨੈਂਟਲੀ ਸਟੋਰ ਕਰਕੇ ਦੇ ਸਕਦੇ ਹਾਂ। ਸੈਕਿੰਡ ਪੁਆਇੰਟ ਇਜ਼ ਟੂ ਟਰਾਂਸਪੋਰਟ ਸਮਾਲ ਫਾਈਲਸ ਫਰੋਮ ਵਨ ਕੰਪਿਊਟਰ ਟੂ ਅਨਦਰ, ਮਤਲਬ ਕਿਸੇ ਵੀ ਫਾਈਲ ਨੂੰ ਜਿੱਦਾਂ ਅਸੀਂ ਟਰਾਂਸਫਰ ਕਰਨਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ, ਉਹਦੇ ਵਾਸਤੇ ਵੀ ਅਸੀਂ ਫਲੋਪੀ ਡਿਸਕ ਨੂੰ ਯੂਜ਼ ਕਰਦੇ ਹਾਂ। ਥਰਡ ਪੁਆਇੰਟ ਇਜ਼ ਥਿਨ ਐਂਡ ਫਲੈਕਸੀਬਲ ਮੈਗਨੈਟਿਕ ਸਟੋਰੇਜ ਮੀਡੀਅਮ, ਮਤਲਬ ਕਿ ਇਹਦੀ ਜਿਹੜੀ ਲੁੱਕ ਆ ਬੇਸਿਕਲੀ ਉਹ ਬਹੁਤ ਥਿਨ ਹੋਏਗੀ ਅਤੇ ਫਲੈਕਸੀਬਲ ਹੋਏਗੀ। ਨੈਕਸਟ ਪੁਆਇੰਟ ਇਜ਼ ਸੀਲਡ ਇਨ ਏ ਰੈਕਟੈਂਗੂਲਰ ਪਲਾਸਟਿਕ, ਜਿਵੇਂ ਕਿ ਤੁਸੀਂ ਇਹ ਇਮੇਜ ਦੇਖ ਰਹੇ ਹੋ ਆਲਰੇਡੀ ਤੁਹਾਨੂੰ ਪਤਾ ਚੱਲ ਹੀ ਰਿਹਾ ਕਿ ਇਹ ਰੈਕਟੈਂਗੂਲਰ ਸ਼ੇਪ ਆ, ਐਜ਼ ਵੈਲ ਐਜ਼ ਪਲਾਸਟਿਕ ਕਵਰ ਦੇ ਨਾਲ ਜਿਹੜੀ ਆ ਪੂਰੀ ਕਵਰ ਅਪ ਆ। ਨੈਕਸਟ ਪੁਆਇੰਟ ਇਜ਼ ਰੀਡ ਐਂਡ ਰਿਟਨ ਬਾਏ ਏ ਫਲੋਪੀ ਡਿਸਕ ਡਰਾਈਵ, ਜੇ ਅਸੀਂ ਇਹਦੇ 'ਚ ਡਾਟਾ ਨੂੰ ਲਿਖਣਾ ਹੈ ਜਾਂ ਉਹਨੂੰ ਰੀਡ ਕਰਨਾ ਤਾਂ ਉਹਦੇ ਵਾਸਤੇ ਸਾਡੇ ਕੋਲ ਫਲੋਪੀ ਡਿਸਕ ਡਰਾਈਵ ਦੀ ਜ਼ਰੂਰਤ ਪੈਂਦੀ ਹੈ।